ਤਾਂ ਇਹ ਅੱਜ ਮੇਰਾ ਨੈਕਸਟ ਵਲੋਗ ਸ਼ੁਰੂ ਕਹਿੰਦਾ ਦੇਖਾ ਜੀ ਮੈਡਮ ਮੋਰਾ ਗੱਡੀਆਂ ਖੇਲਾ ਦੇ ਕਿੰਨੇ ਖੁਸ਼ ਨੇ ਕਹਿੰਦਾ ਅੱਜ ਕੱਲ੍ਹ ਨਿਆਣੇ ਆ ਤੂੰ ਹਾਂ ਚਾਹੇ 100 ਗੱਡੀ ਲੈ ਕੇ ਦੇ ਦਿਆ ਖਿਲਾਉਣਾ ਲੈ ਕੇ ਦੇ ਦਿਆ ਤਾਂ ਵੀ ਖੁਸ਼ ਨਹੀਂ ਹੋਣਾ ਤਾਂ ਆਪਣਾ ਪੁਰਾਣਾ ਸਮੇਂ ਦੇਖਾ ਕਿੰਨੇ ਵਧੀਆ ਤਰੀਕੇ ਨੇ ਜਿਉਂਦੇ ਇਹ ਕਿੰਨਾ ਅੱਛਾ ਮਹਿਸੂਸ ਹੁੰਦਾ ਹਾਂ ਪੱਥਰਾਂ ਨਾਲ ਖੇਲ ਕੇ ਕਿੰਨੇ ਖੁਸ਼ ਹੁੰਦੇ ਇਹ ਮੈਡਮ ਜੀ ਤੁਸੀਂ ਹੋਰ ਕਿਆ ਕਿਆ ਖੇਲਦੇ ਇਹ ਪੱਥਰਾਂ ਨਾਲ ਖੇਲਦੇ ਕਿ ਹੋਰ ਵੀ ਖੇਲਦੇ ਗਿੱਟੀਆਂ ਖੇਲਦੇ ਕੁਛ ਹੋਰ ਵੀ ਖੇਲਦੇ ਇਹ ਹੈਂ ਇੱਕੀ ਤੁੱਕੀ ਉਹ ਵੀ ਖੇਲਦੇ ਇਹ ਕਿਆ ਹੁੰਦਾ ਹੈ ਜਿਹੜਾ ਇਹ ਫਰਸ਼ੇ ਪਰ ਬਣਾਉਂਦੇ ਜਿੱਟੀਆਂ ਵਾਲਾ ਫਿਰ ਪਿੱਠੂ ਖੇਲਦੇ ਇਹ ਲੁਕਣ ਮਿੱਟੀ ਹੋਈ ਜੀ ਫਿਰ ਤੀਰ ਕਮਾਨੇ ਨਾਲ ਖੇਲਦੇ ਇਹ ਤੁਸੀਂ ਕਿਆ ਕਿਆ ਖੇਲਿਆ ਇਹਨਾਂ ਤੀਰ ਕਮਾਨ ਵੀ ਖੇਲਿਆ ਇਹਨਾਂ ਇੱਕ ਵਾਰੀ ਆਪਣੇ ਭਗੂ ਅੱਖੀ ਜੀ ਬਾਈ ਤਾ ਬਚੀ ਗਈ ਸੀ ਮੱਥਾ ਵੀ ਤੇਰਾ ਤਾਂ ਹੀ ਫਟਿਆ ਕੁਦੀ ਲੁਕਦੀ ਲੁਕਦੀ ਭਿੱਤ ਵੱਜਿਆ ਤੇਰੇ ਮੱਥੇ ਚ ਦੋਸਤੋ ਦੇਖੀ ਲਿਆ ਇਹ ਅੱਛਾ ਜਿਨੀ ਜਿਨੀ ਵੀ ਖੇਲੀਆਂ ਹੋਈਆਂ ਜਿਹੜੀਆਂ ਗਿੱਟੀਆਂ ਤਾਂ ਜ਼ਰੂਰ ਕਮੈਂਟ 'ਚ ਦੱਸਣਿਓ ਕਹਿੰਦਾ ਅੱਜ ਕੱਲ੍ਹ ਦੇ ਨਿਆਣੇ ਦੇਖਾ ਬੁਲਾਏ ਹੈਂ ਇਹਨੇ ਇੰਨਾ ਕੁਛ ਮੇਲਾ ਦਾ ਖੇਲਣੇ ਹੋਏ ਦੇਖਾ ਫਿਰ ਵੀ ਖੁਸ਼ ਨਹੀਂ ਨੇ ਹੁਣ ਦੇਖਣੇ ਮੇਰੇ ਮੁੰਡਿਆ ਦੱਸਣਾ ਤੁਹਾਨੂੰ ਜੋ ਇਹ ਕਿਹਾ ਕਿ ਇਹਦੇ ਖਿਲਾਉਣੇ ਨੇ ਕਹਿੰਦਾ ਤਾਂ ਉਰੇ ਹਾਂ ਕਨਿਸ਼ ਤਾਂ ਉਰੇ ਕਹਿੰਦਾ ਇਹ ਹਾਂ ਸਾਡੇ ਪੁਰਾਣੇ ਟਾਈਮੇ ਦਾ ਗੱਡਾ ਜੀ ਉਹ ਚਲਾਈ ਕੇ ਚਲਾਉਂਦਾ ਮੈਂ ਕੈਸਾ ਲਗਾ ਅੱਛਾ ਇਹ ਕਿਆ ਕਿਆ ਖਿਲਾਉਣੇ ਨੇ ਤੇਰੇ ਹੈਂ ਇਹ ਕਿਆ ਹੈ ਇਹ ਤੇਰੀ ਜੀਪ ਹੈ ਆ ਤੇਰਾ ਮੋਟਰਸਾਈਕਲ ਕਿਤੂ ਕਹਿ ਮੋਟਰਸਾਈਕਲ ਉਹ ਹੈ ਆ ਗੱਡਾ ਆ ਤੇਰਾ ਟਰੈਕਟਰ ਆ ਤੇਰਾ ਟਰੱਕ ਆ ਤੇਰਾ ਮੋਟਰਸਾਈਕਲ ਵੱਡਾ ਮੋਟਰਸਾਈਕਲ ਆ ਤੇਰੀ ਸਾਈਕਲ ਕਿਤੂ ਕਹਿ ਤਾਂ ਹੁਣ ਕਿਆ ਚਲਾਉਣਾ ਇਹ ਚਲਾਉਣਾ ਟੁੱਟੀ ਜੀਪ ਚਲਾਉਣੀ ਓ ਗਿਆ 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 ਐਕਸੀਡੈਂਟ ਓ ਬੱਚਾ ਐਕਸੀਡੈਂਟ ਕਰਤਾ ਓਏ ਅੱਛਾ ਅੱਛਾ ਟਰੈਕਟਰ ਬੈਠ ਆਪਣੇ ਪਰ ਟਰੈਕਟਰ ਚਲਾ ਆਪਣਾ ਬੈਠੀ ਕੇ ਥੱਲੇ ਉਤਾਰ ਲੈ ਟਰੈਕਟਰ ਉਤਾਰ ਇਹ ਬੱਚਿਆਂ ਦਾ ਇਹ ਦੇਖਾ ਟਾਈਮ ਹੈ ਅੱਜ ਖਿਲੋਣੇ ਨਾ ਕਹਿੰਦਾ ਖੇਲਾ ਦੇ ਸਾਰਾ ਟਾਈਮ ਹਾਂ ਤਾਂ ਦੇਖੀ ਲਿਆ ਹਾਂ ਗੱਡਾ ਰੱਖਿਆ ਸੰਭਾਲੀ ਕੇ ਉੱਪਰ ਬੈਠ ਉੱਪਰ ਬੈਠ ਚਲਾ ਉੱਪਰ ਬੈਠੇ ਨੇ ਦੇਖਾ ਟਰੈਕਟਰ ਬੜਾ ਹੀ ਸੋਲਿਡ ਹੈ ਨਾ ਟੁੱਟਦਾ ਨਾ ਭੱਜਦਾ ਤਾਂ ਬੜਾ ਹੀ ਪੱਕਾ ਹੈ ਇਹ ਬੈਠੀ ਕੇ ਵੀ ਚਲੀ ਪਾਉਂਦਾ ਜੇ ਕੋਈ ਲੈਣਾ ਹੋਇਆ ਤਾਂ ਇਹ ਵਾਲਾ ਟਰੈਕਟਰ ਲਿਆ ਕਰ ਕਿਉਂਕਿ ਨਾ ਟੁੱਟਦਾ ਨਾ ਭੱਜਦਾ ਨਾ ਇਹਦੇ ਟਾਇਰ ਖਰਾਬ ਹੁੰਦੇ ਦੇਖਾ ਗੜੋ ਗੜ ਜਾਂਦਾ ਤਾਂ ਉਰਿਆ ਇਹ ਤਾਂ ਦੋਸਤੋ ਯਾਰ ਸਾਡਾ ਟਾਈਮ ਹੈ ਤਾਂ ਸਾਡੇ ਟਾਈਮ ਵਿੱਚ ਹੁੰਦਾ ਹੈ ਇਹ ਵਾਲਾ ਗੱਡਾ ਦੇਖੀ ਲਿਆ ਅੱਜ 31 ਸਾਲ ਮੇਰੀ ਉਮਰ ਹੈ ਤਾਂ 31 ਸਾਲਾਂ ਦੇਖੀ ਲਿਆ ਹਾਂ ਗੱਡਾ ਰੱਖਿਆ ਸੰਭਾਲੀ ਕੇ ਤਾਂ ਅੱਜ ਮੇਰੇ ਨਿਆਣੇ ਦੇ ਕੰਮ ਆਈ ਹੈ ਇਹ ਤਾਂ ਲਾੜੀ ਵੀ ਇਹਦੇ ਵਿੱਚ ਝੂਟੀ ਕਹਿ ਜੀ ਮੈਨੂੰ ਲੱਗਾ ਤੈਵੇਂ ਝੂਟਿਆ ਗੱਡਾ ਏ ਤੁਸਾਂ ਕਿਆ ਝੂਟਿਆ ਹੈਂ ਜੁੜਦਾ ਨਹੀਂ ਆ ਗੱਡਾ ਤੁਸਾਂ ਗਿੱਟੀਆਂ ਖੇਲੀਆਂ ਹੈਂ ਲੁਕਣ ਮਿੱਟੀ ਕੁਦੇ ਨੇ ਖੇਲਦੀ ਲੁਕਣ ਮਿੱਟੀ ਲੁਕੀ ਜਾਂਦੀ ਸੀ ਤੂੰ ਇਆਂ ਹੈਂ ਇਹ ਤਾਂ ਆਪਣਾ ਮੁਸ਼ਕਿਲ ਹੋ ਜਾਂਦਾ ਕਿ ਮਿਲ ਜਾਂਦੀ ਸਤਾਬੀ ਹੈਂ ਗੱਡੀਆਂ ਵੀ ਖੇਲਦੇ ਹੈ ਨਾ ਤੁਸਾਂ ਅੱਛਾ ਗੱਡੀਆਂ ਖੇਲੀ ਗਏ 10 ਮਿੰਟ ਜ਼ਰਾ ਕੁ ਦੱਸ ਉੱਥੋਂ ਚੁੱਕਣਾ ਦੱਸਣਾ ਕਿੰਨੇ ਖੇਲਦੇ ਗੱਟੀਆਂ ਮੈਨੂੰ ਭੁੱਲੀ ਆ ਪਹਿਲ ਕੇ ਜ਼ਮਾਨੇ ਖੇਲਦੇ ਗੱਟੀਆਂ ਚੱਲ ਮੇਰੀ ਕਹਿੰਦੇ ਤੇਰੀ ਵਾਰੀ ਹੈ ਚੱਲ ਚੁੱਕ ਗੱਟੀਆਂ ਅੱਛਾ ਹੁਣ ਦੇਖਾ ਜੀ ਗੱਟੀਆਂ ਤੋਂ ਆਪਾਂ ਇਹਨਾਂ ਹੁਣ ਗੱਟੀਆਂ ਖੇਲਣੀਆਂ ਨੇ ਨਾ ਕਹਿੰਦੀ ਤਾਂ ਵੀ ਖੇਡਣੀਆਂ ਗੱਡੀਆਂ ਬੱਚਾ ਦੇਖਾ ਸਾਡਾ ਟਾਈਮ ਹਾਂ ਤਾਂ ਇੰਨੀਆਂ ਗੱਡੀਆਂ ਖੇਲਦੇ ਇਹ ਪੰਜੋਕਾਂ ਆ ਗਈ ਕਿ ਪੈਕਾਂ ਖੇਡਣਾ ਦੇ ਤੂੰ ਤਾਂ ਕਨਿਸ਼ ਤਾਂ ਆਈ ਆ ਮੇਰਾ ਪੁੱਤ ਕੰਮ ਆਏ ਤੇਰੀ ਵਾਰੀ ਵੀ ਆਉਣੀ ਹੈ ਕਨਿਸ਼ ਤੇਰੀ ਵਾਰੀ ਵੀ ਆਉਣੀ ਪੁੱਤ ਤੇਰੀ ਵਾਰੀ ਵੀ ਆਉਣੀ ਹੈ ਪਹਿਲਾਂ ਮੰਮਾ ਦੀ ਵਾਰੀ ਹੈ ਦੇਖਣਾ ਕੌਣ ਜਿੱਤਦਾ ਉਹ ਬੱਚਾ ਗੱਟੀਆਂ ਖੇਡਣੇ ਬੜੀ ਕਾਰੀਗਰ ਲੱਗਾ ਹੀ ਹੈ ਮਿੰਜੋ ਇਹ ਚੀਟਿੰਗ ਕਰਤੀ ਇੱਕ ਗਿੱਟੀ ਦੇ ਦੇ ਮੰਮਾ ਦੇ ਦੇ
ਤੁਸੀਂ ਖੇਲਾ ਹੁਣ ਮੈਂ ਚਲ ਦੋ ਵਾਰੀ ਜਿੱਤੀ ਗਈ ਚੱਲ ਤਾਂ ਵੀਰੇ ਮੇਰੀ ਵੀਡੀਓ ਬਣਾ ਤਾ ਫਿਰ ਇੰਆਂ ਇੰਆਂ ਨਹੀਂ ਪਹਿਲਾਂ ਇੰਆਂ ਖੇਲਦੇ ਹਾਂ ਇੰਆਂ ਵੀਰੇ ਖੇਲਣਾ ਨਹੀਂ ਹੁੰਦਾ ਅਲੱਗ ਅਲੱਗ ਹੈ ਆਪਣਾ ਆਪਣਾ ਤਰੀਕਾ ਇਹ ਪਟੜਾ ਹੁਣ ਤਿੰਨ ਗੱਡੀਆਂ ਇਕੱਠੀਆਂ ਚੁਕਣੀਆਂ ਨਾ ਹਾਂ ਕਨਾ जमाने टाइम कुतू गए बेटा खाला मार दिया ਕਿਹਨੇ ਤੁਮੇ ਗੱਡੀਆਂ ਖੇਲਣਾ ਇਹਨਾਂ ਖੇਲ ਇਹ ਗੱਡੀਆਂ ਖੇਲਣਾ ਸੀ ਤੁਮੇ ਇਹ ਉਂਗਲੀਆਂ ਫਸਾ ਉਹ ਡਿੱਗ ਜਾਣੀਆਂ ਵੀ ਇੱਕ ਜਿੱਤੀ ਆਂਦੀ ਨੇ ਤਾਂ ਥਾਪਾ ਮਾਰ ਦੇ ਦੋ ਪੈ ਕਾਣੀਆਂ ਕੀ ਤੁਹਾਡੀਆਂ ਔਰ ਆਊਟ ਔਰ ਆਈ ਯਾਰਾ